ਕਹਿੰਦੇ ਨੇ ਨਾਨਕ ਸਰ ਚੀਮਿਆਂ ਦਾ ਲਾਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਉਹ ਸਮਰਨੇ ਆ ਖੇਡ ਕਹਾਣੀ। ਆਹ ਪਹਿਲੀ ਕਬੱਡੀ ਸੁਪਰ ਫਾਈਨਲ ਮੈਚ ਸਾਦਲੀ ਦੀ ਧਰਤੀ ਦਾ ਮੇਰੇ ਵੀਰੋ ਸ਼ੁਰੂ ਹੋ ਗਿਆ। ਲਾਡੀ ਨੇ ਪਾ ਦਿੱਤੀ ਆ ਦੀ ਚੀਮਿਆਂ ਦੀ ਧਰਤੀ ਹੈ। ਆਓ ਸਾਹਮਣੇ ਦੇਖਾਂਗੇ ਕੁਲਵਿੰਦਰ ਰੱਤਾ ਥੇ ਦੇ ਨਾਲ ਪਹਿਲਾ ਮੁਕਾਬਲਾ ਹੋਇਆ ਔਰ ਨੰਬਰ ਲਾਡੀ ਚੀਮਿਆਂ ਵਾਲਾ ਆਪਣੀ ਟੀਮ ਵਾਸਤੇ ਜੁੜ ਗਿਆ। ਆਹ ਇੰਗਲੈਂਡ ਦੇ ਦੋ ਸੀਜ਼ਨਾਂ ਦਾ ਚੌਥੇ ਨੰਬਰ ਦਾ ਰੇਡਰ ਪ੍ਰਦੀਪ ਮੁੱਗਾ ਸੰਧੂਆ ਕਬੱਡੀ ਪਾਉਣ ਲਈ ਵੜਦਾ ਹੋਇਆ ਮੁੱਗਾ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਹੈ। ਲੱਕੀ ਸਾਡੇ ਸੁਰਿੰਦਰ ਜਖੇਪਰ ਦਾ ਭਰਾ ਕਹਿੰਦਾ ਮੀਣੇ ਦਾ ਹਰ ਇੱਕ ਜਫਾ 1500 ਰੁਪਏ ਦਾ ਹੋਣਾ ਹੈ। ਸਾਹਮਣੇ ਕਬੱਡੀ ਇੱਕ ਪਾਸੇ ਗਗਨ ਨਾਕਰਾ ਤੇ ਦੂਜੇ ਪਾਸੇ ਪ੍ਰਦੀਪ ਮੁੰਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ। ਮੁੰਡਾ ਸਕੂਟੀ ਦੀ ਹਵਾ ਚੈੱਕ ਕਰਦਾ ਹੈ ਉਹ ਵੇਖਾਂਗੇ ਮੁਕਾਬਲਾ ਪੂਰਾ ਤਕੜਾ ਰਾਜ ਕੁਮਾਰ ਦੀ ਕਬੱਡੀ ਜੋ ਜੋ ਕੋਟਰੀ ਵਾਲੇ ਜੀਤ ਹੋਏ ਖੇਡ ਮੁੰਡੇ ਨੂੰ ਇੱਕ ਪਾਸੇ ਕੁਲਵਿੰਦਰ ਰੱਤਾ ਥੇ ਵਾਲਾ ਜੱਜੂਆ ਰੱਤਾ ਥੇ ਵਾਲਾ ਚਾਰ ਬੰਬਰ ਖੇਡਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ। ਰਾਜ ਕੁਮਾਰ ਦੀ ਪਾਈ ਹੋਈ ਕਬੱਡੀ ਆਹ ਜੱਜੂ ਹੈ ਉਹ ਰਾਜ ਕੁਮਾਰ ਹੈ ਰੇਡਰ ਕਈ ਬੈਠੇ ਨੇ ਸਕੂਟਰੀ ਤੇ ਜਾਫੀ ਤੋਂ ਕਿਸੇ ਤੋਂ ਬੈਠਿਆ ਨਹੀਂ ਗਿਆ ਉਹ ਸੰਧੂਆ ਨਾਲੇ ਐਂ ਕਹਿੰਦੇ ਐਵੇਂ ਨਾ ਕਿਤੇ ਕਿੱਕਾਂ ਮਾਰੀ ਜਾਣ ਉਹ ਤਾਂ ਬੈਟਰੀ ਵਾਲੀਆਂ ਨੇ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਵਧਿਆ ਹੋਇਆ ਜਿੱਥੇ ਹਰਿਆਣੇ ਵਾਲੇ ਆ ਜਾਂਦੇ ਆ ਮੇਰੇ ਵੀਰੋ ਐਨ ਕਹਿੰਦੇ ਮੇਲੇ ਬਣਾ ਜਾਂਦੇ ਆ ਇੱਕ ਬੰਨੇ ਨੂੰ ਤਾਥੇ ਇਹ ਪਿੰਡ ਵੀ ਕਹਿੰਦੇ ਫਤੀਆ ਵਾਰਡ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਹੈ ਹਰਿਆਣਾ ਸਟੇਟ ਹੈ ਪਰ ਦੂਸਰੇ ਬੰਨੇ ਦੇਖਾਂਗੇ ਰਾਜ ਕੁਮਾਰ ਅਗਲੀ ਰੇਡ ਪਾਉਣ ਲਈ ਫਿਰ ਖੇਡ ਮੈਦਾਨ ਚ ਵਧਿਆ ਹੋਇਆ ਰਾਜ ਕੁਮਾਰ ਕਬੱਡੀ ਪਾ ਰਿਹਾ ਹੈ ਕੋਟਲੀ ਵਾਲਿਆ ਉਹ ਜੇ ਇਲੈਕਟ੍ਰੀਸ਼ਨ ਸਕੂਟਰੀ ਘਰੇ ਲੈ ਕੇ ਜਾਣੀ ਹੈ ਨਾ ਤਾਂ ਜੱਫਾ ਲਾਉਣਾ ਪੈਣਾ ਚੈੱਕ ਕੇ ਕਿੰਨੀ ਬੈਟਰੀ ਹੈ ਆਹ ਕਿੰਨੇ ਕਿਲੋਮੀਟਰ ਕੱਢੂ ਇਹ ਇਲੈਕਟ੍ਰਿਕ ਮੋਟਰ ਉਹ 150 ਕੱਢਦੀ ਆ ਕੋਟਲੀ ਵਾਲਿਆ ਜਖੇਪਲ ਵਾਲਿਆ ਉਹ ਤੇਰੇ ਬੜੇ ਪ੍ਰਸ਼ੰਸਕ ਆਏ ਹੋਏ ਆ ਤੈਨੂੰ ਚਾਹੁਣ ਵਾਲੇ ਬੜੇ ਭਰਾ ਪੁੱਜੇ ਹੋਏ ਅੱਜ ਦੇ ਸ਼ਾਦਲੀ ਦੇ ਕੱਪ ਦੇ ਔਰ ਤੈਨੂੰ ਮਾਇਆ ਵੀ ਦੇਣੀਆਂ ਤੇਰੇ ਜੱਫਿਆਂ ਤੋਂ ਦੇਖ ਤੇਰੇ ਸਾਹਮਣੇ 500 ਵਾਲਾ ਵਿਜੇ ਇਸ ਸਮੇਂ ਕਬੱਡੀ ਪਾਉਣ ਲਈ ਵਧਿਆ ਹੋਇਆ ਔਰ ਦੂਸਰੇ ਬੰਨੇ ਗਗਨ ਉਹ ਦੇਖਾਂਗੇ ਟੱਕਰ ਵਿਜੇ ਦੇ ਨਾਲ ਹੁਣ ਡੱਕ ਪਾਊਗੇ ਨਹੀਂ ਲਾਡੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਨਾਨਕਸਰ ਚੀਮਿਆਂ ਵਾਲਾ ਉਹ ਵੇਖਾਂਗੇ ਚਾਰ ਜਾਫੀਆਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ। ਸਾਹਮਣੇ ਮੱਛੂਆਂ ਦੀ ਟੀਮ ਦੇ ਵੱਲੋਂ ਮੇਰੇ ਵੀਰੋ ਪਾਈ ਹੋਈ ਕਬੱਡੀ ਹੈ ਤੇ ਦੂਜੇ ਪਾਸੇ
ਪਾਸੇ ਕੁਲਵਿੰਦਰ ਰੱਤਾਥੇ ਦੀ ਧਰਤੀ ਦਾ ਮੁੰਡਾ ਯੂਰਪ ਖੇਡਿਆ, ਉਹ ਕਈ ਮੁਲਕਾਂ ਦੇ ਵਿੱਚ ਕੌਡੀ ਖੇਡਣ ਵਾਲਾ, ਉਹ ਦੂਜੇ ਪਾਸੇ ਲਾਡੀ ਹੈ, ਇੱਕ ਪਾਸੇ ਕੁਲਵਿੰਦਰ ਹੈ। ਡੰਬਰ ਲਾਡੀ ਕਹਿੰਦੇ ਨਾਨਕ ਸਰ ਚੀਮਿਆਂ ਵਾਲਾ ਆਪਣੀ ਟੀਮ ਲਈ ਜੋੜ ਗਿਆ। ਚੱਲ ਵੇ ਗੱਭਰੂਆ, ਇਹ ਕਹਿੰਦਾ ਮੈਂ ਹਰਿਆਣੇ 'ਚ ਲੈ ਕੇ ਜਾਣੀ ਹੈ। ਸਰ ਨੇ ਕੀ ਹਾਲ ਨੇ ਪੁੱਛੇ ਤੋਂ ਜ਼ੋਰ ਲਾਉਣਾ ਪੈਣਾ ਹੈ। ਬਾਬਾ ਮੇਰ ਕਰੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਬੱਬਰ ਸ਼ੇਰਾਂ ਨੂੰ, ਕਿਉਂਕਿ ਬਹੁਤ ਔਖੇ ਖਿਡਾਰੀ ਬਣਦੇ ਆ, ਘਰ ਖਾਣੇ ਪੈਂਦੇ ਆ, ਕੋਚਾਂ ਦੀਆਂ ਮਾਰਾਂ ਚੱਲਣੀਆਂ ਪੈਂਦੀਆਂ, ਜੇਠ ਹੜ੍ਹ ਦੀਆਂ ਧੁੱਪਾਂ ਪਿੰਡੇ ਤੇ ਉਡਾਉਣੀਆਂ ਪੈਂਦੀਆਂ, ਬੋਹ ਮਗਦੀ ਠੰਡ ਦੇ ਵਿੱਚ ਮਿਹਨਤਾਂ ਮਾਰਨੀਆਂ ਪੈਂਦੀਆਂ। ਥੋੜੀ ਗਿੱਟੇ ਨੂੰ ਮਰੋੜ ਆਈ ਹੈ, ਠੀਕ ਹੈ ਗੱਭਰੂ, ਗੱਭਰੂ ਦੀ ਤੰਦਰੁਸਤੀ ਲਈ ਤਾੜੀ ਮਾਰ ਦਿਓ, ਸਾਰੇ ਜ਼ੋਰਦਾਰ ਤਾੜੀ ਮਾਰ ਦਿਓ, ਕਿਉਂਕਿ ਤੁਹਾਡੇ 'ਚ ਰੱਬ ਵੱਸਦਾ, ਤੁਹਾਡੇ 'ਚ ਬਾਬਾ ਨਾਨਕ ਵੱਸਦਾ, ਤੁਸੀਂ ਬਾਬੇ ਨਾਨਕ ਦੀ ਸੋਚ ਬੈਠੇ ਹੋ, ਅਤੇ ਤੁਹਾਡੇ ਮੂਹਰੇ ਵੱਡੇ ਵੱਡੇ ਡਾਕਟਰ ਵੀ ਫੇਲ ਹੋ ਜਾਂਦੇ ਆ, ਵੱਡੇ ਵੱਡੇ ਡਾਕਟਰ ਵੀ ਫੇਲ ਹੋ ਜਾਂਦੇ ਆ। ਥੋੜੀ ਸੱਟ ਹੈ ਸੱਚਾ ਪਾਤਸ਼ਾਹ ਮੇਰ ਕਰੇ, ਸਾਡੇ ਮੱਖਣ ਸਮਰਾ ਕਨੇਡਾ ਤੇ ਸ਼ਿੰਦਾ ਪੂਣੀਆ ਤੇ ਪ੍ਰੀਤ ਢੀਂਡਸਾ ਕਾਲਾ ਲਾਹੜ ਸਾਡਾ ਭਰਾ
5,500 ਰੁਪਇਆ ਜਿੱਤਣ ਵਾਲੀ ਟੀਮ ਨੂੰ। ਕਾਲਾ ਲਾਹੜ, ਪ੍ਰੀਤ ਢੀਂਡਸਾ, ਸਾਡਾ ਸ਼ਿੰਦਾ ਪੂਣੀਆ, ਇਹਨਾਂ ਵੱਲੋਂ ਚਲਾਣ ਤਾਂ ਸਾਰਿਆਂ ਦੀ ਹੁੰਦਾ ਅੱਜ ਕੱਲ੍ਹ, ਇਹ ਨਹੀਂ ਸੁਣਦੇ ਸਾਡੇ
ਆ ਪਾਪ ਬੜੀ ਕੁਲਵਿੰਦਰ ਰੱਤਾ ਥੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਚਾਰ ਖੜੇ ਨੇ ਦੂਜੇ ਪਾਸੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਵਕਤ ਦੱਸੂਗਾ ਉਹ ਮੀਨਾ ਚ ਖੇਪਣ ਵਾਲਾ ਇੱਕ ਪਾਸੇ ਹੈ ਥੋਰੀ ਇੱਕ ਪਾਸੇ ਆ ਗੁਰਦੀਪ ਸਿੰਘ ਨਾ ਹੈ ਗਗਨ ਮੇਰੇ ਵੀਰੋ ਨਾਗਰਾ ਵਿਚਕਾਰ ਹੈ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਗਗਨ ਨਾਗਰੇ ਨਾਲ ਹੈ ਇੱਕ ਪਾਸੇ ਕੁਲਵਿੰਦਰ ਰੱਤਾ ਥੇ ਦਾ ਤਕੜਾ ਜਾਫੀ ਅੱਜ ਰੇਡ ਪਾ ਰਿਹਾ ਹੈ ਤੇ ਦੂਜੇ ਪਾਸੇ ਗਗਨ ਨਾਗਰਾ ਹੰਧਿਆਂ ਤੇ ਮੇਰੇ ਵੀਰੋ ਜੱਫਾ ਲਾ ਰਿਹਾ ਨੰਬਰ ਰੇਡਰ ਦਾ ਆਵੇ ਗੱਭਰੂਆ ਪਾ ਕਬੱਡੀ ਆ ਕੁਲਵਿੰਦਰ ਕੋਟਲੀ ਵਾਲਾ ਤੇਰੀ ਸਕੂਟਰੀ ਬਚਾ ਲਿਆ ਨੌਜਵਾਨ ਕਬੱਡੀ ਵੀ ਪਾਇਆ ਸਕੂਟਰੀ ਵੀ ਬਚਾ ਕੇ ਲਿਆ ਫਿਲਹਾਲ ਹੁਣ ਦੇਖਾਂਗੇ ਕਿਹਨੇ ਪਾਉਣੀ ਅਗਲੀ ਰਾਜ ਕੁਮਾਰ ਮੇਰੇ ਵੀਰੋ ਆਓ ਖੇਡ ਕਬੱਡੀ ਦਾ ਰਾਜ ਕੁਮਾਰ ਕਦੇ ਤੁੱਗਾਂ ਵਾਲੇ ਖੁਸ਼ੀ ਨੂੰ ਕਦੇ ਵੀ ਰਾਜ ਕੁਮਾਰ ਦੇ ਖਿਤਾਬ ਦਿੱਤੇ ਹੈ ਪ੍ਰਿੰਸ ਆਫ ਕਬੱਡੀ ਆ ਕਬੱਡੀ ਦਾ ਰਾਜ ਕੁਮਾਰ ਮੇਰੇ ਵੀਰੋ ਸਮੇਂ ਦੇਖਦੇ ਹੈ ਪਛੋਣਾ ਪਿੰਡ ਪਈ ਹੋਈ ਕਬੱਡੀ ਔਰ ਚਾਰ ਜਾਫੀ ਰੱਤਾ ਇੱਥੇ ਦੀ ਧਰਤੀ ਦੇ ਹੈ ਹੁਣ ਦੇਖਾਂਗੇ ਚਾਰਾਂ ਚੋਂ ਕੌਣ ਕੋਟਲੀ ਵਾਲਾ ਫੇਰ ਤਿਆਰ ਔਰ ਜੰਜੂਆ ਤਿਆਰ ਆ ਕੋਟਲੀ ਵਾਲਾ ਫੇਰ ਸਾਹਮਣੇ ਹੋ ਗਿਆ ਹੁਣ ਦੇਖਾਂਗੇ ਟੱਕਰ ਫੇਰ ਟੱਕਰ ਫੇਰ ਟੱਕਰ ਪਰ ਰਾਜ ਕੁਮਾਰ ਨੰਬਰ ਜਿਹੜਾ ਰਾਜ ਕੁਮਾਰ ਦਾ ਚਾਲੂ ਗੱਭਰੂ ਆ ਪਾ ਕਬੱਡੀ ਹਰਿਆਣੇ ਵਾਲਾ ਫੇਰ ਕੌਡੀ ਪਾਉਣ ਦੇ ਲਈ ਪ੍ਰਦੀਪ ਅੱਗੇ ਵੱਲ ਵੱਧਦਾ ਹੋਇਆ ਇੰਗਲੈਂਡ ਦੀ ਧਰਤੀ ਦੇ ਮੁੰਡਾ ਤਕੜਾ ਖੇਡਿਆ ਕੌਡੀ ਪਾ ਰਿਹਾ ਉਹ ਵੇਖਾਂਗੇ ਸਕੂਟਰੀ ਤੇ ਕਿਹੜਾ ਬੈਠੂਗਾ ਇਲੈਕਟ੍ਰੋਨਿਕ ਸਕੂਟਰੀ ਆ ਪੰਜ ਬੈਟਰੀਆਂ ਵਾਲੀ ਸਾਡੇ ਪਿੰਡ ਵਾਲੇ ਸੰਜੂ ਮਿਸਤਰੀ ਨੇ ਲਿਆਂਦੀ ਉਹ ਖਰਾਬ ਹੋ ਗਈ ਬਘੇਲੇ ਮਿਸਤਰੀ ਕੋਲੇ ਲੈ ਗਿਆ ਕਹਿੰਦਾ ਇਹਨੂੰ ਠੀਕ ਕਰ ਚੱਲਦੀ ਨੀ ਉਹ ਕਹਿੰਦਾ ਇਹ ਨੀ ਚੱਲਦੀ ਕਹਿੰਦਾ ਕਾਹਤੋਂ ਇਹਦੇ ਤਾਂ ਕਹਿੰਦਾ ਇੰਜਣ ਨੀ ਹੈਗਾ ਆ ਜਾ ਉੱਥੇ ਗਿਰਾ ਆਹ ਬਾਕੀ ਗੱਲਾਂ ਸੱਚੀਆਂ ਮੇਰੇ ਮਿੱਤਰੋ ਬਾਕੀ ਗੱਲਾਂ ਸੱਚੀਆਂ ਚਲੋ ਇੱਕ ਬਰੂਆ ਪਾਕ ਵੱਡੀ ਨੌਜਵਾਨ ਸਾਹਮਣੇ ਫੇਰ ਇਸ ਸਮੇਂ ਬਛੋਣ ਦੀ ਧਰਤੀ ਵੱਲੋਂ ਨੌਜਵਾਨ ਨੇ ਰੇਡ ਪਾ ਦਿੱਤੀ ਹੈ ਰੱਤਾਥੇ ਔਰ ਦੂਸਰੇ ਬੰਨੇ ਬਛੋਣ ਦੀਆਂ ਟੀਮਾਂ ਦੇ ਦਰਮਿਆਨ ਸਾਦਲੀ ਦਾ ਸੁਪਰ ਫਾਈਨਲ ਮੇਰੇ ਵੀਰੋ ਇਸ ਸਮੇਂ ਖੇਡਿਆ ਜਾ ਰਿਹਾ ਹੈ 9-13 ਦਾ ਅੰਕੜਾ ਹਾਲੇ ਕੁਝ ਵੀ ਚਾਰ ਖੜੇ ਨੇ ਗਗਨ ਨਾਗਰਾ ਪਰਲੇ ਪਾਸੇ ਹੈ ਗੁਰਦੀਪ ਹੈ ਮੀਨੇ ਚ ਕਰਨ ਵਾਲਿਆ
ਤੋਹਫਾ ਤੇਰਾ ਕਲੱਬ ਵੱਲੋਂ ਕਰ ਦਿੱਤਾ ਹੈ ਤੇ ਦੂਜੇ ਪਾਸੇ ਫੈਸਲਾ ਡਬਲ ਟੱਚ ਦਾ ਇਸ਼ਾਰਾ ਡਬਲ ਰੇਟਰ ਦੇ ਕਬਜ਼ੇ ਦੇ ਵਿੱਚ ਹੈ ਆਓ ਗੱਭਰੂਆ ਪਾ ਕਬੱਡੀ ਕਿਉਂਕਿ ਲਾਡੀ ਹੈ ਨਾਨਕ ਸਾਹਿਬ ਜੀਨਿਆਂ ਵਾਲਾ ਥੋੜੇ ਗਿੱਟੇ ਦੇ ਸੱਟ ਵੱਜਣ ਕਾਰਨ ਮੇਰੇ ਵੀਰੋ ਉਹਨੂੰ ਬਹਿਣਾ ਪੈ ਗਿਆ ਤਾਂ ਕਰਕੇ ਥੋੜੀਆਂ ਰੇਡਾਂ ਹਲਕੀਆਂ ਹੋ ਗਈਆਂ ਪਛੋਣੇ ਵਾਲਿਆਂ ਦੀਆਂ ਆਓ ਜਵਾਨਾਂ ਪਾ ਕਬੱਡੀ ਬਿਲਕੁਲ ਕਹਿੰਦੇ ਲਾਡੀ ਦੀ ਥੋੜੀ ਘਾਟ ਰੜਕ ਰਹੀ ਹੈ ਬਹੁਤ ਸੋਹਣੀਆਂ ਰੇਡਾਂ ਪਾ ਰਿਹਾ ਸੀ ਪਰ ਸੱਚੇ ਪਾਤਸ਼ਾਹ ਮਿਹਰ ਕਰਕੇ ਇੱਕ ਦੋ ਦਿਨਾਂ ਵਿੱਚ ਹੀ ਠੀਕ ਹੋ ਕੇ ਦੁਬਾਰਾ ਫਿਰ ਲਾਡੀ ਵਧੀਆ ਕਬੱਡੀਆਂ ਨਾਲ ਗਰਾਉਂਡਾਂ 'ਚ ਪਾਵੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਆ ਵੀ ਰਾਜ ਕੁਮਾਰ ਕਿਹਨੇ ਕਬੱਡੀ ਪਾਉਣੀ ਆ ਕਿਹਨੇ ਪਾਉਣੀ ਹੈ ਟਰਨ ਬਾਈ ਟਰਨ ਹੈ ਕੌਡੀ ਦੂਜੀ ਰੇਡ ਬੰਦ ਹੈ ਸਾਹਮਣੇ ਮੇਰੇ ਵੀਰੋ ਗੁਰਦੀਪ ਸਿੰਘ ਠੋਰੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਵਿਜੇ ਆਉਂ ਬੈਠਾ ਗਾ ਤੱਕ ਰਿਹਾ ਕਿ ਜੀਤ ਕੋਟਰੀ ਵਾਲਾ ਚਿੰਬੜੂਗਾ ਪ੍ਰਾਪਤ ਕੀਤੇ ਆ ਪ੍ਰਦੀਪ ਮੁੰਗਾ ਹਰਿਆਣੇ ਵਾਲਾ
ਹਰਿਆਣੇ ਚ ਲੈ ਗਿਆ ਇਲੈਕਟ੍ਰਿਕ ਸਕੂਟਰੀ ਤੇ ਬੈਠ ਜਾ ਫੀ ਜੀਤ ਪੋਟਰੀ ਵਾਲਾ ਅੱਠ ਟੱਚ ਲੈ ਕੇ ਚਾਰ ਜੱਫੇ ਲਾ ਕੇ ਬੈਠ ਜਾ ਫੀ ਜੀਤ ਪੋਟਰੀ ਵਾਲਾ ਇਲੈਕਟ੍ਰੋਨਿਕ ਸਕੂਟਰੀ ਲੈ ਗਿਆ ਤੇ ਵਿਜੇ ਭਾਸੋ ਮੇਰੇ ਵੀਰੋ ਪ੍ਰਦੀਪ ਮੁੰਗੇ ਦੇ ਨਾਲ ਵੈਟਰੇਟਰ ਜੁਆਇੰਟ ਹੈ ਆਓ ਫਸਟ ਟੀਮ ਜਿਹੜੀ ਰੱਤਾ ਥੇ ਹੈ ਸੈਕਿੰਡ ਬੱਚੋਆਣਾ ਚੌਥੇ ਸਾਲ ਫੇਰ ਰੱਤਾ ਥੇ ਦੀ ਟੀਮ ਸ਼ਾਦਰੀ ਦੇ ਕੱਪ ਤੇ ਕਬਜ਼ਾ ਕਰ ਗਈ ਨਕਲ ਵਾਲਿਆ ਸ਼ੇਰ ਕਹਾਣੀ।